ਦਲ ਖਾਲਸਾ 19 ਮਈ ਨੂੰ ਹੋਣ ਵਾਲੀਆਂ ਚੋਣਾਂ ਦੇ ਵਿੱਚ ਦਾ ਹਿੱਸਾ ਨਹੀਂ ਬਣੇਗਾ, ਉਹ ਉਹਦੇ 'ਚ ਪਾਰਟੀਸਪੇਟ ਨਹੀਂ ਕਰੇਗਾ। ਕਿ ਇਸ ਚੋਣ ਪ੍ਰਕਿਰਿਆ ਦੇ ਵਿੱਚ ਜੋ ਹਿੰਦੁਸਤਾਨ ਦੇ ਸਿਸਟਮ ਦੇ ਥੱਲੇ ਹੋ ਰਹੀ ਹੈ, ਸਾਨੂੰ ਕੁਛ ਨਹੀਂ ਮਿਲ ਸਕਦਾ। ਮੰਜ਼ਿਲ ਵੀ ਇੱਕੋ ਹੀ ਆ, ਪਰ ਰਾਹ ਵੱਖਰੇ, ਅਤੇ ਫਿਰ ਮੰਜ਼ਿਲ ਤੱਕ ਕਿੱਦਾਂ ਪਹੁੰਚ ਸਕਦੇ ਹਾਂ? ਅਸੀਂ ਇਹ ਸਮਝਦੇ ਹਾਂ ਵੀ ਇਸ ਸਿਸਟਮ ਦੇ ਨਾਲੋਂ ਜਦ ਤੱਕ ਤੁਸੀਂ ਟੁੱਟਦੇ ਨਹੀਂ, ਜਿਸ ਸਿਸਟਮ ਤੁਸੀਂ ਯਕੀਨ ਨਹੀਂ ਰੱਖਦੇ, ਜੋ ਉਸ ਸਿਸਟਮ ਦੇ ਨਾਲ ਜਦੋਂ ਪੱਕਾ ਆਪਾਂ ਉਹਦੇ ਮੂਹਰੇ ਖੜ੍ਹੇ ਨਹੀਂ ਹੁੰਦੇ, ਉਦੋਂ ਤੱਕ ਅਸੀਂ ਉਸ ਸਿਸਟਮ ਦੇ ਨਾਲੋਂ ਟੁੱਟ ਨਹੀਂ ਸਕਦੇ, ਅਤੇ ਅਸੀਂ ਆਪਣੇ ਨਿਸ਼ਾਨੇ ਦੀ ਪ੍ਰਾਪਤੀ ਨਹੀਂ ਕਰ ਸਕਦੇ। ਬੇਅਦਬੀ ਕਰਨ ਵਾਲੇ ਲੋਕਾਂ ਨੂੰ ਕੋਈ ਸਜ਼ਾ ਨਹੀਂ ਮਿਲ ਸਕਦੀ, ਅਤੇ ਉੱਥੇ ਸਿੱਖਾਂ ਦੀ ਕੀ ਆਸ ਰੱਖਣੀ ਬਣਦੀ ਆ? ਸੋ ਅਸੀਂ ਇਸ ਕਰਕੇ ਇਸ ਸਿਸਟਮ ਨੂੰ ਰੱਦ ਕਰਦੇ ਹੋਏ ਅਤੇ ਅਸੀਂ ਇਸ ਤੋਂ ਪਰੇ ਰਹਿਣ ਦਾ ਫੈਸਲਾ ਕੀਤਾ ਵਾ। ਜੇ ਟਕਸਾਲੀ ਅਕਾਲੀ ਦਲ ਦੀ ਕਰਾਂ, ਉਹ ਆਪਣੀ ਵੱਖਰੀ ਲੜਾਈ ਲੜ ਰਿਹਾ ਹੈਗਾ, ਖਹਿਰਾ ਸਾਹਿਬ ਆਪਣੀ ਪਾਰਟੀ ਬਣਾ ਕੇ ਲੜਾਈ ਲੜ ਰਿਹਾ, ਪਰ ਇੱਕ ਤੁਹਾਡਾ ਹੀ ਇੱਕ ਵੱਖਰਾ ਹੈਗਾ ਵਾ, ਸਿਮਰਜੀਤ ਸਿੰਘ ਮਾਨ ਇਸ ਟਾਈਮ ਦੇ ਉੱਤੇ ਉਮੀਦਵਾਰ ਹੈਗੇ ਆ, ਤੁਹਾਨੂੰ ਲੱਗਦਾ ਕਿ ਕਿਸੇ ਨੂੰ ਅਤੇ ਤੁਹਾਨੂੰ ਸਪੋਰਟ ਕਰਨੀ ਚਾਹੀਦੀ? ਅਸੀਂ ਸਮਝਦੇ ਹਾਂ ਵੀ ਜੋ ਅਸੀਂ ਨਿਸ਼ਾਨਾ ਮਿੱਥਿਆ ਕੌਮ ਨੇ, ਉਹੀ ਕੌਮ ਦਾ ਅਸਲੀ ਨਿਸ਼ਾਨਾ ਹੈ, ਔਰ ਜਿੰਨੀ ਛੇਤੀ ਵੀ ਇਹ ਨਿਸ਼ਾਨਾ ਕੌਮ ਨੂੰ ਮਿਲੇ, ਓਨਾ ਹੀ ਕੌਮ ਦਾ ਘੱਟ ਨੁਕਸਾਨ ਹੋਵੇਗਾ ਔਰ ਕੌਮ ਦੀ ਵੱਡੀ ਪ੍ਰਾਪਤੀ ਹੋਏਗੀ। ਬਹੁਤ ਸਾਰਾ ਵੱਡਾ ਹਿੱਸਾ ਜਿਹੜਾ ਵਾ ਉਹ ਇਲੈਕਸ਼ਨ ਦੇ ਵਿੱਚ ਚਲਿਆ ਜਾਂਦਾ ਵਾ, ਕਿ ਉਹਨਾਂ ਨੂੰ ਕਈ ਵਾਰ ਲੱਗਣ ਲੱਗ ਜਾਂਦਾ ਕਿ ਸਾਡਾ ਕੋਈ MP ਬਣ ਜਾਏਗਾ, MLA ਬਣ ਜਾਏਗਾ, ਅਤੇ ਸਾਨੂੰ ਬਹੁਤ ਕੁਛ ਪ੍ਰਾਪਤ ਹੋਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਇਸ ਟਾਈਮ ਦੇ ਉੱਤੇ ਗਰਮੀ ਦਾ ਮਾਹੌਲ ਅਤੇ ਅਸਮਾਨ ਤੋਂ ਲੈ ਕੇ ਜ਼ਮੀਨ ਤੱਕ ਭਖਿਆ ਹੈਗਾ ਵਾ, ਪਾਰਾ ਹਾਈ ਹੈਗਾ ਵਾ, ਉਸੇ ਤਰ੍ਹਾਂ ਚੋਣਾਂ ਦਾ ਮਾਹੌਲ ਵੀ ਇਸ ਟਾਈਮ 'ਤੇ। ਪੰਜਾਬ ਦੀ ਰਾਜਨੀਤੀ ਦੀ ਗੱਲ ਕਰਾਂਗੇ ਤਾਂ ਮਾਹੌਲ ਗਰਮਾ ਚੁੱਕਾ, ਪੂਰੇ ਦੇਸ਼ ਦੀ ਰਾਜਨੀਤੀ ਦੇ ਵਿੱਚ ਜਿਵੇਂ ਕਿ ਮਾਹੌਲ ਗਰਮਾਇਆ ਹੈਗਾ ਵਾ। ਬੇਸ਼ੱਕ ਕਈਆਂ ਥਾਵਾਂ 'ਤੇ ਇਲੈਕਸ਼ਨ ਹੋ ਚੁੱਕੀ ਆ ਅਤੇ ਕਈਆਂ ਥਾਵਾਂ ਦੇ ਵਿੱਚੋਂ ਅਜੇ ਇਲੈਕਸ਼ਨ ਹੋਣੀ ਆ। 19 ਤਰੀਕ ਨੂੰ ਜਿਹੜੀ ਕਿ ਪੰਜਾਬ ਦੇ ਵਿੱਚ ਇਲੈਕਸ਼ਨ ਹੋਣ ਜਾ ਰਹੀ ਆ, ਵੱਖੋ ਵੱਖਰੀਆਂ ਪਾਰਟੀਆਂ ਦਾਅਵੇਦਾਰੀ ਕਰ ਰਹੀਆਂ ਹੈਗੀਆਂ ਵਾ। ਅਕਾਲੀ ਭਾਜਪਾ ਆਪਣੀ ਦਾਅਵੇਦਾਰੀ ਕਰ ਰਿਹਾ ਹੈਗਾ ਵਾ, ਜੇ ਕਾਂਗਰਸ ਦੀ ਗੱਲ ਕਰਦੇ ਤਾਂ ਕਾਂਗਰਸ ਆਪਣੀ ਵੱਡੀ ਦਾਅਵੇਦਾਰੀ ਦੇ ਨਾਲ ਅੱਗੇ ਆ ਰਹੀ ਹੈਗੀ, ਕਹਿ ਕਿ ਜਿੱਤ ਯਕੀਨੀ ਆ। ਪੰਜਾਬ ਦੇ ਵਿੱਚ ਵੱਖਰਾ ਬਦਲ ਜਿਹੜਾ ਕਿ ਹੋਂਦ ਵਿੱਚ ਆਇਆ ਹੈਗਾ ਵਾ, ਵੇਖਦੇ ਹਾਂ ਜੇ ਰਣਜੀਤ ਸਿੰਘ ਬ੍ਰਹਮਪੁਰਾ ਦੀ ਪਾਰਟੀ ਵੱਲੋਂ ਕੀ ਮਾਰਕਾ ਮਾਰਿਆ ਜਾਂਦਾ ਅਤੇ ਜਾਂ ਖਹਿਰਾ ਸਾਹਿਬ ਕੀ ਮਾਰਕਾ ਮਾਰਦੇ ਹੈਗੇ ਆ। ਆਮ ਆਦਮੀ ਪਾਰਟੀ 'ਚੋਂ ਨਿਕਲ ਕੇ ਜਾਂ ਸ਼੍ਰੋਮਣੀ ਅਕਾਲੀ ਦਲ 'ਚੋਂ ਨਿਕਲ ਕੇ ਕੁਛ ਸੀਟਾਂ ਮਿਲਦੀਆਂ ਹੈਗੀਆਂ, ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਅਤੇ ਲੋਕ ਫਤਵਾ ਦੱਸੂਗਾ। ਇਸ ਸਾਰੇ ਦੇ ਵਿਚਾਰ ਚਰਚਾ ਕਰਨ ਵਾਸਤੇ ਇਸ ਟਾਈਮ 'ਤੇ ਦਲ ਖਾਲਸਾ ਦੇ ਆਫਿਸ ਅੰਮ੍ਰਿਤਸਰ ਵਿੱਚ ਹੈਗੇ ਹਾਂ। ਪੂਰੀ ਦਲ ਖਾਲਸਾ ਦੀ ਟੀਮ, ਮੈਂ ਕਹੂੰਗਾ ਇੱਥੇ ਕਰੀਮ ਇੱਥੇ ਹੈਗੀ ਆ ਸਾਡੇ ਨਾਲ, ਹਰਪਾਲ ਸਿੰਘ ਚੀਮਾ ਜੀ, ਜਸਵੀਰ ਸਿੰਘ ਖਡੂਰ ਜੀ ਅਤੇ ਕਮਰਪਾਲ ਸਿੰਘ, ਅਤੇ ਨਾਲ ਯੂਥ ਆਗੂ ਜਿਹੜੇ ਕਿ ਹਮੇਸ਼ਾ ਨਾਲ ਚੱਲਦੇ ਹੈਗੇ ਆ ਵੀਰ, ਆਪਾਂ ਵੇਖ ਸਕਦੇ ਹਾਂ ਸਾਰੇ ਇਸ ਟਾਈਮ ਇੱਥੇ ਹੈਗੇ ਆ। ਰਾਜਨੀਤੀ ਦੇ ਵਿੱਚ ਜਿਵੇਂ ਕਿ ਹਰ ਪਾਰਟੀ ਆਪਣਾ ਯੋਗਦਾਨ ਪਾ ਰਹੀ ਹੈਗੀ ਅਤੇ ਆਪਣੇ ਨੁਮਾਇੰਦੇ ਖੜ੍ਹੇ ਕਰਕੇ ਉਹਨਾਂ ਨੂੰ ਜਿਤਾਉਣਾ ਜਾ ਰਹੀ ਆ। ਵੇਖਦੇ ਹਾਂ, ਪੁੱਛਦੇ ਹਾਂ ਕਿ ਦਲ ਖਾਲਸਾ ਦੀ ਕੀ ਭੂਮਿਕਾ ਹੋਊਗੀ ਰਾਜਨੀਤੀ ਵਾਸਤੇ, ਦਲ ਖਾਲਸਾ ਚੋਣ ਲੜੂਗੀ ਜਾਂ ਚੋਣਾਂ ਦਾ ਬਾਈਕਾਟ ਕਰੂਗੀ? ਇਹ ਤਾਂ ਹਰਪਾਲ ਸਿੰਘ ਚੀਮਾ ਜੀ ਅਤੇ ਵੀਰ ਸਾਰੇ ਦੱਸਣਗੇ, ਆਪਾਂ ਗੱਲਬਾਤ ਕਰਾਂਗੇ। ਪਹਿਲਾਂ ਫਤਿਹ ਸਾਹਿਬ ਨੇ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਚੀਮਾ ਸਾਹਿਬ, ਕੀ ਲੱਗਦਾ ਯਾਰ, ਕੀ ਵੋਟਾਂ ਪਵਾ ਰਹੇ ਹੋ ਜਾਂ ਨਹੀਂ? ਅਸੀਂ ਪਿਛਲੇ ਦਿਨਾਂ ਦੇ ਵਿੱਚ ਜਦੋਂ ਲੋਕ ਸਭਾ ਦੀਆਂ ਚੋਣਾਂ ਅਨਾਊਂਸ ਹੋਈਆਂ ਅਤੇ ਸਾਡੀ ਪਾਰਟੀ ਨੇ ਇਸ ਦੇ ਉੱਤੇ ਆਪਣਾ ਮੰਥਨ ਕੀਤਾ, ਅਸੀਂ ਆਪਣੇ ਜ਼ਿਲ੍ਹਾ ਜਥੇਦਾਰ, ਸਾਡੀ ਵਰਕਿੰਗ ਕਮੇਟੀ, ਐਗਜੈਕਟਿਵ ਕਮੇਟੀ ਨੂੰ ਬੁਲਾਇਆ ਸੀ ਕਿ ਇਸ ਵਿਸ਼ੇ ਦੇ ਉੱਤੇ ਦਲ ਖਾਲਸਾ ਦੀ ਆਪਣੀ ਪਾਲਿਸੀ ਹੈ ਜਿਹੜੀ ਉਹ ਕੀ ਹੋਣੀ ਚਾਹੀਦੀ ਹੈ। ਸੋ ਉਸ ਮੰਥਨ 'ਚ, ਉਸ ਵਿਚਾਰ ਦੇ ਵਿੱਚ ਅਸੀਂ ਇੱਕ ਸਿੱਟੇ ਦੇ ਉੱਤੇ ਪਹੁੰਚੇ ਹਾਂ ਕਿ ਦਲ ਖਾਲਸਾ 19 ਮਈ ਨੂੰ ਹੋਣ ਵਾਲੀਆਂ ਚੋਣਾਂ ਦੇ ਵਿੱਚ ਦਾ ਹਿੱਸਾ ਨਹੀਂ ਬਣੇਗਾ, ਉਹ ਉਹਦੇ 'ਚ ਪਾਰਟੀਸਪੇਟ ਨਹੀਂ ਕਰੇਗਾ। ਚੀਮਾ ਸਾਹਿਬ, ਕਿਉਂ ਹਰ ਪਾਰਟੀ ਚੋਣ ਲੜਾਈ ਆ? ਜੇ ਮੈਂ ਗੱਲ ਕਰਾਂ ਸਿਮਰਜੀਤ ਸਿੰਘ ਮਾਨ, ਤੁਹਾਡੇ ਲਗਭਗ ਵਿਚਾਰ ਰਲਦੇ ਹੈਗੇ, ਮੈਂ ਕਹੂੰਗਾ ਉਹ ਵੀ ਚੋਣਾਂ ਲੜ ਰਹੇ ਹੈਗੇ, ਹੋਰ ਵੀ ਪਾਰਟੀਆਂ ਅੱਗੇ ਆ ਰਹੀਆਂ ਹੈਗੀਆਂ, ਫਿਰ ਦਲ ਖਾਲਸਾ ਕਿਉਂ ਨਹੀਂ ਚੋਣ ਲੜ ਰਿਹਾ? ਬਿਲਕੁਲ ਤੁਸੀਂ ਠੀਕ ਕਿਹਾ, ਸਰਦਾਰ ਸਿਮਰਜੀਤ ਸਿੰਘ ਮਾਨ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਾਲ ਸਾਡੀ ਮੰਜ਼ਿਲ ਇਕੱਠੀ ਆ, ਅਸੀਂ ਇੱਕ ਮੰਜ਼ਿਲ ਦੇ ਲਈ ਕੰਮ ਕਰ ਰਹੇ ਹਾਂ, ਪਰ ਰਾਹ ਕਈ ਵਾਰੀ ਥੋੜ੍ਹੇ ਥੋੜ੍ਹੇ ਵੱਖਰੇ ਹੋ ਜਾਂਦੇ ਆ। ਸਾਡਾ ਇਹ ਜੋ ਮੰਥਨ ਹੈ, ਇਹ ਹੈ ਜੋ ਸਾਡਾ 70 ਸਾਲ ਦਾ ਹਿੰਦੁਸਤਾਨ ਦੀ ਗੌਰਮੈਂਟ ਦੇ ਨਾਲ ਤਜਰਬਾ ਹੈ,
ਇੱਥੋਂ ਦੇ ਨੀਤੀ ਘਾੜਿਆਂ ਦੇ ਨਾਲ ਤਜਰਬਾ, ਜੋ ਲੋਕਾਂ ਜੋ ਗੌਰਮੈਂਟਾਂ ਦਾ ਲੋਕਾਂ ਨੂੰ ਪ੍ਰਸ਼ਾਸਨ ਦੇਣਾ ਆ, ਜੋ ਕਾਨੂੰਨ ਦੀ ਵਿਵਸਥਾ ਇੱਥੋਂ ਦੀ 70 ਪਿਛਲੇ ਸਾਲਾਂ ਦੇ ਵਿੱਚ, ਉਹਨਾਂ ਸਾਰਿਆਂ ਨਾਲ ਜਿਸ ਤਰੀਕੇ ਦੇ ਨਾਲ ਪੰਜਾਬ ਸਿੱਖ ਜੂਝੇ ਆ, ਉਸ ਤਜਰਬੇ ਦੇ ਉੱਤੇ ਅਸੀਂ ਇਹ ਸਮਝਦੇ ਹਾਂ ਕਿ ਇਸ ਚੋਣ ਪ੍ਰਕਿਰਿਆ ਦੇ ਵਿੱਚ ਜੋ ਹਿੰਦੁਸਤਾਨ ਦੇ ਸਿਸਟਮ ਦੇ ਥੱਲੇ ਹੋ ਰਹੀ ਆ, ਸਾਨੂੰ ਕੁਛ ਨਹੀਂ ਮਿਲ ਸਕਦਾ। ਚੀਮਾ ਸਾਹਿਬ, ਮੰਜ਼ਿਲ ਇਕੱਠੀ ਤੁਸੀਂ ਕਹਿ ਰਹੇ ਹੋ, ਮੰਜ਼ਿਲ ਵੀ ਇੱਕੋ ਹੀ ਆ ਪਰ ਰਾਹ ਵੱਖਰੇ, ਅਤੇ ਫਿਰ ਮੰਜ਼ਿਲ ਤੱਕ ਕਿੱਦਾਂ ਪਹੁੰਚ ਸਕਦੇ ਹਾਂ ਆਪਾਂ? ਦੇਖੋ, ਉਹ ਇਹ ਗੱਲ ਸੋਚਦੇ ਆ ਕਿ ਸਾਨੂੰ ਇਸ ਸਿਸਟਮ ਦਾ ਹਿੱਸਾ ਬਣ ਕੇ ਹੀ ਆਪਣੀ ਮੰਜ਼ਿਲ ਤੱਕ ਪਹੁੰਚਣਾ ਆਸਾਨ ਹੈ, ਸਾਡੇ ਲਈ ਆਸਾਨ ਪੜਾਅ ਹੋਣਗੇ। ਅਸੀਂ ਇਹ ਸਮਝਦੇ ਹਾਂ ਵੀ ਇਸ ਸਿਸਟਮ ਦੇ ਨਾਲੋਂ ਜਦ ਤੱਕ ਤੁਸੀਂ ਟੁੱਟਦੇ ਨਹੀਂ, ਜਿਸ ਸਿਸਟਮ ਤੁਸੀਂ ਯਕੀਨ ਨਹੀਂ ਰੱਖਦੇ, ਜੋ ਉਸ ਸਿਸਟਮ ਦੇ ਨਾਲ ਜਦੋਂ ਪੱਕਾ ਆਪਾਂ ਉਹਦੇ ਮੂਹਰੇ ਖੜ੍ਹੇ ਨਹੀਂ ਹੁੰਦੇ, ਉਦੋਂ ਤੱਕ ਅਸੀਂ ਉਸ ਸਿਸਟਮ ਦੇ ਨਾਲੋਂ ਟੁੱਟ ਨਹੀਂ ਸਕਦੇ ਅਤੇ ਅਸੀਂ ਆਪਣੇ ਨਿਸ਼ਾਨੇ ਦੀ ਪ੍ਰਾਪਤੀ ਨਹੀਂ ਕਰ ਸਕਦੇ। ਤੁਸੀਂ ਵੋਟ ਦੀ ਲੜਾਈ ਤੋਂ ਦੂਰ ਹਾਂ? ਅਸੀਂ ਵੋਟ ਦੀ ਲੜਾਈ ਤੋਂ ਬਿਲਕੁਲ ਦੂਰ ਹਾਂ ਜੀ। ਤੁਸੀਂ ਵੋਟ ਦੀ ਰਾਜਨੀਤੀ ਨਹੀਂ ਕਰੋਗੇ, ਅਤੇ ਜਿਹੜੀ ਤੁਹਾਡੇ ਨਾਲ ਯੂਥ ਵੀ ਇਸ ਟਾਈਮ ਖੜਾ ਹੈਗਾ, ਤੁਹਾਨੂੰ ਹਮੇਸ਼ਾ ਹਮਾਇਤ ਵੀ ਦਿੰਦੇ ਹੈਗੇ ਆ, ਸਾਰਾ ਕੋਈ ਵੀ ਇਸ ਰਾਜਨੀਤੀ 'ਚ ਨਹੀਂ ਆਊਗਾ? ਬਿਲਕੁਲ, ਉਹ ਜਿਹੜਾ ਯੂਥ ਹੈ ਸਾਡਾ, ਉਹ ਸਾਡੀ ਯੂਥ ਪ੍ਰਣਾਲੀ ਹੈ, ਜੋ ਵੀ ਅਸੀਂ ਡਿਸੀਜ਼ਨ ਲੈਂਦੇ ਹਾਂ ਅਸੀਂ ਆਪਣੇ ਯੂਥ ਨੂੰ ਵੀ ਇਸ ਗੱਲ ਦੇ ਵਿੱਚ ਰੱਖਦੇ ਹਾਂ ਆਪਣੇ ਨਾਲ ਕਿ ਉਹਨਾਂ ਦੀ ਕੀ ਰਾਏ ਆ। ਇਸ ਦੇ ਵਿੱਚ ਉਹਨਾਂ ਦੀ ਵੀ ਇਹੀ ਰਾਏ ਆ ਕਿ ਸਾਨੂੰ ਮਤਲਬ ਇਸ ਚੋਣਾਂ ਦੀ ਪ੍ਰਕਿਰਿਆ ਤੋਂ ਬਾਹਰ ਰਹਿਣਾ ਚਾਹੀਦਾ। ਜੇ ਟਕਸਾਲੀ ਅਕਾਲੀ ਦਲ ਦੀ ਕਰਾਂ, ਉਹ ਆਪਣੀ ਵੱਖਰੀ ਲੜਾਈ ਲੜ ਰਿਹਾ ਹੈਗਾ, ਖਹਿਰਾ ਸਾਹਿਬ ਆਪਣੀ ਪਾਰਟੀ ਬਣਾ ਕੇ ਲੜਾਈ ਲੜ ਰਿਹਾ, ਪਰ ਇੱਕ ਤੁਹਾਡਾ ਹੀ ਇੱਕ ਵੱਖਰਾ ਹੈਗਾ ਵਾ, ਸਿਮਰਜੀਤ ਸਿੰਘ ਮਾਨ ਇਸ ਟਾਈਮ ਦੇ ਉੱਤੇ ਉਮੀਦਵਾਰ ਹੈਗੇ ਆ, ਤੁਹਾਨੂੰ ਲੱਗਦਾ ਕਿ ਕਿਸੇ ਨੂੰ ਅਤੇ ਤੁਹਾਨੂੰ ਸਪੋਰਟ ਕਰਨੀ ਚਾਹੀਦੀ? ਦੇਖੋ, ਅਸੀਂ ਇਹ ਕਹਿੰਦੇ ਸਰਦਾਰ ਸਿਮਰਜੀਤ ਸਿੰਘ ਮਾਨ ਵੀ ਵੱਖਰੇ ਆਜ਼ਾਦ ਖਾਲਸਾ ਰਾਜ ਲਈ ਲੜ ਰਹੇ ਆ, ਅਸੀਂ ਵੀ ਆਜ਼ਾਦ ਖਾਲਸਾ ਰਾਜ ਦੇ ਲਈ ਲੜ ਰਹੇ ਹਾਂ। ਇੱਕ ਗੱਲ ਜ਼ਰੂਰ ਹੈ, ਜਿਹੜੀ ਵੋਟ ਪ੍ਰਣਾਲੀ ਹੈ, ਅਗਰ ਤੁਸੀਂ ਇਹਦਾ ਹਿੱਸਾ ਬਣੋ ਤਾਂ ਅਸੀਂ ਸਮਝਦੇ ਹਾਂ ਵੀ ਹੌਲੀ ਹੌਲੀ ਉਸ ਹਿੰਦੁਸਤਾਨ ਦੇ ਘੇਰੇ ਦੇ ਵਿੱਚ ਹੀ ਆਪਣੇ ਆਪ ਨੂੰ ਜਜ਼ਬ ਕਰ ਲੈਣਾ। ਜਿਹੜੀਆਂ ਵੀ ਪਿਛਲੇ ਸਮੇਂ ਦੇ ਵਿੱਚ ਤੁਸੀਂ ਦੇਖਦੇ ਹਾਂ ਸੰਘਰਸ਼ ਚੱਲੇ ਹੋਣਗੇ, ਉਹਨਾਂ 'ਚੋਂ ਜਿਹੜੇ ਵੀ ਲੋਕ ਉਸ ਸੰਘਰਸ਼ ਨੂੰ ਛੱਡ ਕੇ ਮੇਨ ਸਟ੍ਰੀਮ 'ਚ ਆਏ ਆ, ਉੱਥੋਂ ਦੀ ਵੋਟ ਪ੍ਰਣਾਲੀ ਦੇ ਸਿਸਟਮ ਦੇ ਵਿੱਚ ਆਏ ਆ, ਉਹਨਾਂ ਨੇ ਉਹ ਰਸਤਾ ਜਿਹੜਾ ਸੰਘਰਸ਼ ਹੈ ਛੱਡ ਦਿੱਤਾ ਹੈ ਸਾਰਿਆਂ ਨੇ। ਸੋ ਅਸੀਂ ਸਮਝਦੇ ਹਾਂ ਵੀ ਜੋ ਅਸੀਂ ਨਿਸ਼ਾਨਾ ਮਿੱਥਿਆ ਕੌਮ ਨੇ, ਉਹੀ ਕੌਮ ਦਾ ਅਸਲੀ ਨਿਸ਼ਾਨਾ ਹੈ, ਔਰ ਜਿੰਨੀ ਛੇਤੀ ਵੀ ਇਹ ਨਿਸ਼ਾਨਾ ਕੌਮ ਨੂੰ ਮਿਲੇ, ਓਨਾ ਹੀ ਕੌਮ ਦਾ ਘੱਟ ਨੁਕਸਾਨ ਹੋਵੇਗਾ ਔਰ ਕੌਮ ਦੀ ਵੱਡੀ ਪ੍ਰਾਪਤੀ ਹੋਏਗੀ। ਅੱਗੇ ਚੱਲਦੇ ਹੈਗੇ ਜਸਬੀਰ ਸਿੰਘ ਖਡੂਰ ਜੀ ਸਾਡੇ ਨਾਲ ਹੈਗੇ ਆ, ਕੀ ਲੈਂਦੇ ਆ ਤੁਸੀਂ? ਵੀ ਜੀ ਦੱਸਿਆ ਹੈਗਾ ਕਿ ਚੋਣਾਂ ਦਾ ਬਾਈਕਾਟ ਕਰ ਦਿੱਤਾ ਵਾ, ਤੁਸੀਂ ਹਮੇਸ਼ਾ ਤੋਂ ਹੀ ਬਾਈਕਾਟ ਕਰਦੇ ਹੈ ਅਤੇ ਸਿੱਖ ਸੰਘਰਸ਼ ਦੀ ਲੜਾਈ ਵੀ ਲੜ ਰਹੇ ਹਾਂ, ਦੂਜੇ ਪਾਸੇ ਮੰਜ਼ਿਲ ਇੱਕੋ ਹੀ ਹੈਗੀ ਆ, ਰਸਤੇ ਵੱਖੋ ਵੱਖਰੇ, ਭਾਈ ਸਾਹਿਬ ਨੇ ਕਿਹਾ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਸਰਦਾਰ ਪਾਲ ਸਿੰਘ ਚੀਮਾ ਸਾਹਿਬ ਨੇ ਦੱਸਿਆ ਵਾ ਕਿ ਸਿੱਖ ਕੌਮ ਦੀ ਜਿਹੜੀ ਮੰਜ਼ਿਲ ਆ ਉਹ ਖਾਲਿਸਤਾਨ ਦੀ ਪ੍ਰਾਪਤੀ ਆ, ਤਾਂ ਦਲ ਖਾਲਸਾ ਨੇ ਜੋ ਰਸਤਾ ਚੁਣਿਆ ਵਾ ਕਿ ਇਸ ਖਾਲਿਸਤਾਨ ਦੀ ਪ੍ਰਾਪਤੀ 'ਤੇ ਇੱਕ ਆਪਣਾ ਸੰਘਰਸ਼ ਜਿਹੜਾ ਵਾ ਡੈਮੋਕਰੈਟਿਕ ਤਰੀਕੇ ਦੇ ਨਾਲ ਜਾਰੀ ਰੱਖਣਾ ਵਾ, ਔਰ ਅਸੀਂ ਇਹ ਗੱਲ ਬਹੁਤ ਮਹਿਸੂਸ ਕਰਦੇ ਹਾਂ ਕਿ ਜਿਹੜਾ ਇਹ ਹਿੰਦੁਸਤਾਨ ਦਾ ਕਰਪਟ ਸਿਸਟਮ ਆ, ਇਹਦੇ ਵਿੱਚ ਕੁਛ ਵੀ ਮਤਲਬ ਜਿਹੜਾ ਵਾ ਉਹ ਸਹੀ ਨਹੀਂ ਹੈਗਾ, ਨਾ ਇੱਥੇ ਦੀ ਡੈਮੋਕ੍ਰੇਸੀ ਸਹੀ ਆ, ਨਾ ਇੱਥੇ ਦੀ ਜੁਡੀਸ਼ਰੀ ਸਹੀ ਆ, ਨਾ ਇੱਥੇ ਦਾ ਕੋਈ ਹੋਰ ਜਿਹੜਾ ਐਗਜ਼ੀਕਿਊਟਿਵ ਆ ਉਹ ਸਹੀ ਹੈਗੀ ਆ, ਅਤੇ ਇੱਥੋਂ ਕਿਸੇ ਵੀ ਤਰ੍ਹਾਂ ਦੇ ਨਾਲ ਜਿਹੜਾ ਵਾ ਇਨਸਾਫ਼ ਦੀ ਆਸ ਰੱਖਣੀ ਉਹ ਆਪਣਾ ਟਾਈਮ ਦੀ ਬਰਬਾਦੀ ਆ। ਪਰ ਬਹੁਤ ਸਾਰਾ ਵੱਡਾ ਹਿੱਸਾ ਜਿਹੜਾ ਵਾ ਉਹ ਇਲੈਕਸ਼ਨ ਦੇ ਵਿੱਚ ਚੱਲਿਆ ਜਾਂਦਾ ਵਾ, ਕਿ ਉਹਨਾਂ ਨੂੰ ਕਈ ਵਾਰ ਲੱਗਣ ਲੱਗ ਜਾਂਦਾ ਕਿ ਸਾਡਾ ਕੋਈ MP ਬਣ ਜਾਏਗਾ, MLA ਬਣ ਜਾਏਗਾ ਅਤੇ ਸਾਨੂੰ ਬਹੁਤ ਕੁਛ ਪ੍ਰਾਪਤ ਹੋਵੇਗਾ, ਪਰ ਹਮੇਸ਼ਾ ਹੁੰਦਾ ਇੱਦਾਂ ਹੀ ਆਇਆ 1947 ਤੋਂ ਲੈ ਕੇ ਜਦੋਂ ਚੋਣਾਂ ਹੁੰਦੀਆਂ ਨੇ, ਕੁਝ ਲੋਕ ਜਿਹੜੇ ਉਹ ਜਿੱਤ ਜਾਂਦੇ ਨੇ ਪਰ ਲੋਕ ਹਾਰ ਜਾਂਦੇ ਨੇ, ਹਰ ਵਾਰ ਲੋਕਾਂ ਦੇ ਨਾਲ ਧੋਖਾ ਹੁੰਦਾ ਵਾ। ਅਤੇ ਇੱਥੇ ਬੜੇ ਵੱਡੇ ਪੜ੍ਹੇ ਲਿਖੇ ਬੜੇ ਹੀ ਸਿੱਖਾਂ ਸਿਧਾਂਤਾਂ ਦੇ ਪਹਿਰੇਦਾਰ ਸਰਦਾਰ ਕਪੂਰ ਸਿੰਘ ਅਰਗੇ ਪਾਰਲੀਮੈਂਟ ਦੇ ਵਿੱਚ ਗਏ ਨੇ, ਉਹਨਾਂ ਨੇ ਆਪਣੀ ਸਿੱਖਾਂ ਦੀ ਜਿਹੜੀ ਆਵਾਜ਼ ਦਾ ਜਿਹੜੀ ਉੱਥੇ ਉਠਾਈ ਆ, ਪਰ ਰਿਜ਼ਲਟ ਜਿਹੜਾ 0-0 ਰਿਹਾ ਵਾ, ਨਾ ਹੀ ਸਾਨੂੰ ਮਤਲਬ ਜਿਹੜੀ ਪੰਜਾਬ ਨੂੰ ਰੱਬ ਦੀ ਰਾਜਧਾਨੀ ਅੱਜ ਤੱਕ ਪ੍ਰਾਪਤ ਹੋਈ ਆ, ਨਾ ਹੀ ਅਕਾਲੀ ਦਲ ਵੱਲੋਂ ਲਾਏ ਹੋਏ ਧਰਮ ਯੁੱਧ ਮੋਰਚੇ ਦੀ ਕੋਈ ਮੰਗ ਮੰਨੀ ਗਈ ਆ, ਅਤੇ ਨਾ ਹੀ ਜਿਹੜੀ ਆ ਸਿੱਖਾਂ ਦੇ ਸਵੈ ਨਿਰਣੇ ਦੀ ਗੱਲ ਜਿਹੜੀ ਆ ਉਹ ਅੱਜ ਤੱਕ ਇਹਨਾਂ ਨੇ ਸੁਣੀ ਆ, ਅਤੇ ਨਾ ਹੀ ਇੱਥੇ ਆਪਣੇ ਸਰੇਆਮ ਬਾਜ਼ਾਰਾਂ ਦੇ ਵਿੱਚ ਸਿੱਖਾਂ ਦਾ ਕਤਲੇਆਮ ਕੀਤਾ ਗਿਆ, ਉਹਨਾਂ ਦਾ ਅੱਜ ਤੱਕ ਇਨਸਾਫ਼ ਮਿਲਿਆ ਵਾ, ਅਤੇ ਇਸ ਮੁਲਕ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਵੀ ਸੁਰੱਖਿਅਤ ਨਹੀਂ ਗਾ, ਅਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਨੂੰ ਬੇਅਦਬੀ ਕਰਨ ਵਾਲੇ ਲੋਕਾਂ ਨੂੰ ਕੋਈ ਸਜ਼ਾ ਨਹੀਂ ਮਿਲ ਸਕਦੀ, ਅਤੇ ਉੱਥੇ ਸਿੱਖਾਂ ਦੀ ਕੀ ਆਸ ਰੱਖਣੀ ਬਣਦੀ ਆ। ਸੋ ਅਸੀਂ ਇਸ ਕਰਕੇ ਇਸ ਸਿਸਟਮ ਨੂੰ ਰੱਦ ਕਰਦੇ ਹੋਏ ਅਤੇ ਅਸੀਂ ਇਸ ਤੋਂ ਪਰੇ ਰਹਿਣ ਦਾ ਫੈਸਲਾ ਕੀਤਾ ਵਾ, ਔਰ ਆਪਣੀ ਜਿਹੜੀ ਆਵਾਜ਼ ਆ ਉਹ ਅਸੀਂ ਡੈਮੋਕਰੈਟਿਕ ਤਰੀਕੇ ਦੇ ਨਾਲ ਪੂਰੇ ਜ਼ੋਰ ਦੇ ਨਾਲ ਦੁਨੀਆ ਦੇ ਵਿੱਚ ਉਠਾਵਾਂਗੇ ਅਤੇ ਆਪਣੀ ਮੰਜ਼ਿਲ 'ਤੇ ਪਹੁੰਚਾਂਗੇ।
ਬਿਲਕੁਲ ਜੀ, ਕੰਵਰਪਾਲ ਸਿੰਘ ਸਾਡੇ ਨਾਲ ਹੈਗੇ ਆ। ਕੰਵਰਪਾਲ ਜੀ, ਆਵਾਜ਼ ਬੁਲੰਦ ਕਰਨ ਦੀ ਗੱਲ ਕੀਤੀ ਹੈ ਕਿ ਆਪਣੀ ਇਹ ਆਵਾਜ਼ ਬੁਲੰਦ ਕਰਾਂਗੇ ਅਤੇ ਆਪਣੀ ਮੰਜ਼ਿਲ 'ਤੇ ਪਹੁੰਚਾਂਗੇ। ਆਵਾਜ਼ ਬੁਲੰਦ ਜਿਹੜੀ ਤੁਸੀਂ ਪ੍ਰੋਗਰਾਮ ਕਰਦੇ ਹੈਗੇ ਆ, ਕਈ ਆ ਬਠਿੰਡੇ 'ਚ ਰੈਲੀਆਂ ਕੀਤੀਆਂ ਜਾਂਦੀਆਂ, ਅੰਮ੍ਰਿਤਸਰ ਤੋਂ ਰੈਲੀਆਂ ਕੀਤੀਆਂ ਜਾਂਦੀਆਂ, ਇਸ ਤਰ੍ਹਾਂ ਆਵਾਜ਼ ਬੁਲੰਦ ਕਰਨੀ ਸੌਖੀ ਆ ਜਾਂ ਰਾਜਨੀਤੀ ਦੇ ਵਿੱਚ ਆਣ ਕੇ ਦਿੱਲੀ ਦੇ ਵਿੱਚ ਬੈਠ ਕੇ ਉਸ ਸੰਘਰਸ਼ਣ ਦੇ ਨਾਲ ਉਹਨਾਂ ਦੇ ਵਿੱਚ ਬੈਠ ਕੇ ਆਵਾਜ਼ ਬੁਲੰਦ ਕਰਨੀ ਸੌਖੀ, ਕਿਵੇਂ ਲੱਗਦਾ ਤੁਹਾਨੂੰ? ਦੇਖੋ, ਦਲ ਖਾਲਸਾ ਦਾ ਜਿਹੜਾ ਨਿਸ਼ਾਨਾ ਉਹ ਸਵੈ ਨਿਰਣੈ ਦਾ ਹੱਕ ਹੈ, ਅਤੇ ਸਵੈ ਨਿਰਣੈ ਦਾ ਹੱਕ ਜਿਹੜਾ ਉਹ ਭਾਰਤੀ ਨਿਜ਼ਾਮ ਹੇਠ ਚੋਣਾਂ ਰਾਹੀਂ ਨਹੀਂ ਮਿਲਦਾ। ਚੋਣਾਂ ਵਕਤੀ ਤੌਰ 'ਤੇ ਚਿਹਰੇ ਬਦਲਦੀਆਂ ਨੇ, ਸਿਸਟਮ ਹੋ ਜਾਂਦਾ, ਅਤੇ ਜਿਹੜੇ ਚਿਹਰੇ ਬਦਲ ਕੇ ਜਾਂਦੇ ਨੇ ਉਸੇ ਸਿਸਟਮ ਦੇ ਵਿੱਚ ਜਜ਼ਬ ਹੋ ਜਾਂਦੇ ਨੇ। ਸਾਡੇ ਕੋਲ 70 ਸਾਲ ਦਾ ਤਜਰਬਾ, 70 ਸਾਲ ਤੋਂ ਸਿੱਖਾਂ ਨੇ ਅਕਾਲੀ ਦਲ ਦੇ ਪਲੈਟਫਾਰਮ ਰਾਹੀਂ ਕਿੰਨੇ MP ਭੇਜੇ, ਕਿੰਨੀਆਂ ਸਰਕਾਰਾਂ ਬਣਾਈਆਂ, ਕੀ ਹੋਇਆ? ਚਲੋ ਇੱਕ ਵਾਰੀ ਤੁਸੀਂ ਇਹ ਗੱਲ ਮੰਨ ਲਓ ਕਿ ਸਾਡਾ ਨਿਸ਼ਾਨਾ ਸਵੈ ਨਿਰਣੈ ਦਾ, ਸਾਡਾ ਨਿਸ਼ਾਨਾ ਖਾਲਿਸਤਾਨ ਦਾ, ਔਰ ਉਹ ਦੇਸ਼ ਤੋਂ ਅੱਡ ਹੁੰਦਾ, ਅਤੇ ਸਾਡੀ ਗੱਲ ਕਿਸੇ ਨੇ ਨਹੀਂ ਸੁਣਨੀ, ਪਰ ਅਕਾਲੀ ਦਲ ਦੀ ਕਿਸੇ ਨੇ ਸੁਣੀ? ਧਰਮਜੋਤ ਮੋਰਚੇ ਦੀਆਂ ਮੰਗਾਂ ਮੰਨੀਆਂ ਗਈਆਂ? ਜੇ ਗਰਮ ਖਿਆਲੀ, ਸਾਨੂੰ ਮੀਡੀਆ ਗਰਮ ਖਿਆਲੀ ਕਹਿੰਦਾ, ਜੇ ਗਰਮ ਖਿਆਲੀਆਂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਸਕਦੀਆਂ ਸੰਵਿਧਾਨ ਦੇ ਘੇਰੇ ਵਿੱਚ ਆ ਕੇ, ਅਤੇ ਨਰਮ ਖਿਆਲੀਆਂ ਦੀਆਂ ਮੰਗਾਂ ਮੰਨ ਲਈਆਂ ਗਈਆਂ ਨੇ? ਅਤੇ ਜੇ ਸਿਸਟਮ ਨੇ ਨਰਮ ਖਿਆਲੀਆਂ ਦੀਆਂ ਮੰਗਾਂ ਨਹੀਂ ਮੰਨੀਆਂ, ਤਾਂ ਫਿਰ ਸਾਡੇ ਜਿਹੜਾ ਸਾਡਾ ਨਿਸ਼ਾਨਾ ਹੈ ਖਾਲਿਸਤਾਨ ਦਾ, ਸਵੈ ਨਿਰਣੈ ਦਾ ਹੱਕ, ਉਹ ਕਿੱਥੋਂ ਮਿਲੇਗਾ? ਸੋ ਸਾਡਾ ਜਿਹੜਾ ਟੀਚਾ ਹੈ ਉਹ ਰੈਫਰੈਂਡਮ ਅੰਡਰ UNO ਹੈ, ਨਾ ਕਿ ਇਲੈਕਸ਼ਨ ਅੰਡਰ ਇੰਡੀਆ। ਚੀਮਾ ਸਾਹਿਬ ਨੇ ਦੱਸਿਆ ਹੈਗਾ ਕਿ ਜਿਵੇਂ ਹਮਾਇਤ ਕਰਨ ਦੀ ਗੱਲ ਕੀਤੀ ਸੀ ਸਿਮਰਜੀਤ ਸਿੰਘ ਮਾਨ ਨੂੰ, ਜਾਂ ਇਸ ਟਾਈਮ 'ਤੇ ਇੱਕ ਵੱਡੀ ਸੀਟ ਮੰਨਿਆ ਜਾ ਰਿਹਾ ਖਡੂਰ ਸਾਹਿਬ ਦੀ, ਜੇ ਪੰਥਕ ਸੀਟ ਦੀ ਦਾਅਵੇਦਾਰੀ ਦੀ ਗੱਲ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਪੰਥਕ ਚਿਹਰੇ ਵੀ ਐਰਕੀ ਕੁਛ ਆਏ ਹੈਗੇ ਆ। ਬੇਸ਼ੱਕ ਅਕਾਲੀ ਦਲ ਕੋਲ ਜਿਹੜੇ ਗਲਤੀਆਂ ਹੋਈਆਂ ਉਹਦਾ ਖਮਿਆਜ਼ਾ ਭੁਗਤਣਾ ਪਿਆ ਸਰਕਾਰ ਸਾਈਡ 'ਤੇ ਹੋਊਗੀ। ਇਸ ਟਾਈਮ 'ਤੇ ਵੀ ਲੱਗਦਾ ਕਿ ਥਾਂ ਥਾਂ 'ਤੇ ਜਿਹੜਾ ਕਿ ਉਹਨਾਂ ਨੂੰ ਰੋਸ ਪ੍ਰਗਟਾਵਾ ਕੀਤਾ ਜਾ ਰਿਹਾ ਹੈਗਾ ਵਾ ਸਿੱਖ ਸੰਗਤਾਂ ਵੱਲੋਂ। ਬੀਬੀ ਖਾਲੜ ਦੇ ਸੀਟ ਨੂੰ ਅਤੇ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਸੀਟ ਨੂੰ ਕਿਵੇਂ ਵੇਖਦੇ ਹਾਂ? ਤੁਹਾਨੂੰ ਲੱਗਦਾ ਨਹੀਂ ਕਿ ਇਹ ਤਾਂ ਪੰਥਕ ਦਾਅਵੇਦਾਰੀਆਂ ਹੈਗੀਆਂ ਅਤੇ ਨਿਸ਼ਾਨਾ ਵੀ ਤੁਹਾਡਾ ਹੈਗਾ, ਲਗਭਗ ਸੇਮ ਕਹਿ ਰਹੇ ਹੈਗੇ ਚੀਮਾ ਸਾਹਿਬ ਵੀ, ਅਤੇ ਫਿਰ ਸੇਮ ਨਿਸ਼ਾਨੇ ਵਾਲਿਆਂ ਨੂੰ ਤਾਂ ਆਪਾਂ ਨੂੰ ਹਮਾਇਤ ਦੇਣੀ ਚਾਹੀਦੀ? ਸਭ ਤੋਂ ਪਹਿਲੀ ਗੱਲ ਮੈਂ ਸਪਸ਼ਟ ਕਰਾਂ ਕਿ ਦਲ ਖਾਲਸਾ ਜਮਹੂਰੀਅਤ ਦੇ ਜਾਂ ਜਮਹੂਰੀ ਕਦਰਾਂ ਕੀਮਤਾਂ ਦੇ ਖਿਲਾਫ ਨਹੀਂ ਹੈ। ਅਸੀਂ ਇਹ ਕਹਿੰਦੇ ਹਾਂ ਕਿ ਜਿਸ ਤਰ੍ਹਾਂ ਕੈਨੇਡਾ ਦੇ ਕਿਊਬਿਕ ਸ਼ਹਿਰ ਵਿੱਚ ਅਤੇ ਇੰਗਲੈਂਡ ਦੇ ਸਕਾਟਲੈਂਡ ਦੇ ਵਿੱਚ ਇੱਕ ਵਿਵਸਥਾ ਹੈ ਜਿੱਥੇ ਉੱਥੋਂ ਦੀਆਂ ਪਾਰਟੀਆਂ ਚੋਣਾਂ ਵੀ ਲੜਦੀਆਂ ਨੇ, ਪਰ ਉਹਨਾਂ ਨੂੰ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦਾ ਹੱਕ ਵੀ ਦਿੱਤਾ ਜਾਂਦਾ, ਸਵੈ ਨਿਰਣੈ ਦਾ ਹੱਕ ਵੀ ਦਿੱਤਾ ਜਾਂਦਾ, ਰੈਫਰੈਂਡਮ ਕਰਾਏ ਜਾਂਦੇ ਨੇ। ਬੇਸ਼ੱਕ ਉਹ ਹਾਰ ਗਏ ਨੇ ਦੋਨਾਂ ਜਗ੍ਹਾ 'ਤੇ, ਪਰ ਉਹਨਾਂ ਨੂੰ ਹੱਕ ਮਿਲਿਆ ਹੋਇਆ। ਇਸ ਤਰ੍ਹਾਂ ਦੀ ਵਿਵਸਥਾ ਇੱਥੇ ਨਹੀਂ ਹੈ। ਜੇ ਇਸ ਤਰ੍ਹਾਂ ਦੀ ਵਿਵਸਥਾ ਇੱਥੇ ਵੀ ਹੋਵੇ, ਸਾਨੂੰ ਸਵੈ ਨਿਰਣੈ ਦੇ ਹੱਕ ਦੇ ਨਾਲ ਉਸ ਏਜੰਡੇ ਤਹਿਤ ਚੋਣ ਲੜਨ ਦੀ ਇਜਾਜ਼ਤ ਹੋਵੇ, ਫਿਰ ਅਸੀਂ ਵੀ ਲੜਨ ਨੂੰ ਤਿਆਰ ਹਾਂ। ਨੰਬਰ 1, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਦੋ ਸਰਦਾਰ ਸਿਮਰਨਜੀਤ ਸਿੰਘ ਮਾਨ ਅਤੇ ਬੀਬੀ ਖਾਲੜਾ ਦੋ ਉਮੀਦਵਾਰ ਜਿਹੜੇ ਨੇ ਉਹ ਚੋਣ ਮੈਦਾਨ ਵਿੱਚ ਨੇ, ਬਿਲਕੁਲ ਸਾਡੇ ਲਾਈਕ ਮਾਈਂਡਡ ਨੇ, ਸਾਡੇ ਬਹੁਤ ਨੇੜੇ ਨੇ, ਅਸੀਂ ਉਹਨਾਂ ਦਾ ਸਤਿਕਾਰ ਵੀ ਕਰਦੇ ਹਾਂ ਅਤੇ ਅਸੀਂ ਉਹਨਾਂ ਨੂੰ ਸ਼ੁਭ ਕਾਮਨਾਵਾਂ ਵੀ ਦਿੰਦੇ ਹਾਂ ਕਿ ਉਹ ਜਿੱਤਣ, ਅਤੇ ਜਿਸ ਸੋਚ ਦੇ ਨਾਲ ਉਹ ਕੌਮ ਦੀ ਸੇਵਾ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਪਰਮਾਤਮਾ ਮੌਕਾ ਦੇਵੇ। ਪਰ ਅਸੀਂ ਆਪਣੇ ਤੌਰ 'ਤੇ ਫੈਸਲਾ ਲਿਆ 70 ਸਾਲ ਦੇ ਤਜਰਬੇ ਤੋਂ, 70 ਸਾਲ ਤੋਂ ਜਿਵੇਂ ਸਿੱਖ ਪੀਸਿਆ ਜਾ ਰਿਹਾ, ਉਸ ਤਜਰਬੇ ਤੋਂ ਅਸੀਂ ਹਿੱਸਾ ਲਿਆ ਕਿ ਇਸ ਰਾਹੀਂ ਨਿਕਲ ਕੇ ਪੰਜਾਬ ਸਮੱਸਿਆ ਦਾ ਹੱਲ ਨਹੀਂ ਹੋਣ ਵਾਲਾ। ਪੰਜਾਬ ਸਮੱਸਿਆ ਦਾ ਹੱਲ ਜਿਹੜਾ ਰੈਫਰੈਂਡਮ ਦੇ ਵਿੱਚ ਪਿਆ ਹੈ, ਨਾ ਕਿ ਭਾਰਤੀ ਚੋਣਾਂ ਦੇ ਵਿੱਚ। ਦੇਖੋ, ਕਸ਼ਮੀਰ ਦੇ ਵਿੱਚ ਤੁਸੀਂ ਗੱਲ ਕਰੋ, ਅਸੀਂ ਉਹਨਾਂ ਦਾ ਜਿਹੜੀ ਬਾਈਕੋਟ ਕਰ ਰਹੀ ਹੈ ਹੁਰੀਅਤ ਕਾਨਫਰੰਸ ਅਤੇ ਜਿਹੜੀ ਨਾਲ ਦੀ ਉਹਨਾਂ ਦੇ ਹੋਰ ਜਥੇਬੰਦੀਆਂ ਨੇ, ਅਸੀਂ ਉਹਨਾਂ ਦਾ ਸਮਰਥਨ ਕੀਤਾ, ਉਹ ਵੀ ਆਜ਼ਾਦੀ ਲਈ ਲੜ ਰਹੀਆਂ ਨੇ। ਨਾਗਾਲੈਂਡ ਦੇ ਵਿੱਚ ਜਿਹੜੀ ਹੈਗੀ ਹੈ ਉਹ ਵੀ ਆਜ਼ਾਦੀ ਲਈ ਲੜ ਰਹੀਆਂ ਨੇ, ਉਹਨਾਂ ਨੇ ਵੀ ਚੋਣ ਬਾਈਕੋਟ ਕੀਤਾ। ਸੋ ਜਿੱਥੇ ਜਿੱਥੇ ਤੁਸੀਂ ਸਾਰੀਆਂ ਪੈਰੀਫੇਰਲ ਸਟੇਟ 'ਤੇ ਵੇਖੋ, ਜਿੱਥੇ ਜਿੱਥੇ ਸੰਘਰਸ਼ਸ਼ੀਲ ਕੌਮਾਂ ਦੇ ਨੁਮਾਇੰਦੇ ਸੰਘਰਸ਼ ਕਰ ਰਹੇ ਨੇ ਆਜ਼ਾਦੀ ਲਈ, ਉਹ ਚੋਣਾਂ ਦੇ ਵਿੱਚ ਹਿੱਸਾ ਨਹੀਂ ਲੈ ਰਹੇ। ਸੋ ਚੋਣਾਂ ਦੇ ਵਿੱਚ ਹਿੱਸਾ ਨਾ ਲੈਣਾ ਇਹ ਕੋਈ ਮਤਲਬ ਅਨਲੋਫੁਲ ਗੱਲ ਨਹੀਂ ਹੈ, ਇਹ ਵੀ ਜਮਹੂਰੀਅਤ ਦਾ ਹੀ ਇੱਕ ਹੱਕ ਹੈ, ਇਹ ਵੀ ਇੱਕ ਜਮਹੂਰੀਅਤ ਦਾ ਹੀ ਇੱਕ ਹਿੱਸਾ ਹੈ, ਹੱਕ ਹੈ, ਇੱਕ ਟੂਲ ਹੈ ਕਿ ਤੁਸੀਂ ਚੋਣਾਂ ਦੇ ਵਿੱਚ ਹਿੱਸਾ ਨਾ ਲੈ ਕੇ ਸਿਸਟਮ ਨੂੰ ਰੱਦ ਕਰਦੇ ਹੋ। ਤੁਸੀਂ ਦੱਸਦੇ ਹੋ ਕਿ ਸਾਡਾ ਇਸ ਸਿਸਟਮ ਦੇ ਵਿਸ਼ਵਾਸ ਨਹੀਂ ਹੈ। ਕਿਉਂ ਵਿਸ਼ਵਾਸ ਨਹੀਂ ਹੈ? ਅਸੀਂ ਅੱਜ ਉਹਦੇ ਪ੍ਰਤੀ ਇੱਕ 4 ਪੇਜ ਦਾ ਨੀਤੀ ਪੱਤਰ ਜਾਰੀ ਕੀਤਾ ਕਿ ਕਿਉਂ ਵਿਸ਼ਵਾਸ ਨਹੀਂ ਹੈ, ਸਾਡਾ ਤਜਰਬੇ ਕੀ ਕਹਿੰਦੇ ਨੇ। ਬੇਸ਼ੱਕ ਅਕਾਲੀ ਦਲ ਲੜਦਾ ਆ ਰਿਹਾ, ਸਾਡੇ ਹਮ ਖਿਆਲੀ ਦੋਸਤ ਮਿੱਤਰ ਵੀ ਲੜਦੇ ਨੇ, ਅਸੀਂ ਉਹਨਾਂ ਨੂੰ ਸ਼ੁਭਕਾਮਨਾਵਾਂ ਵੀ ਦਿੰਦੇ ਹਾਂ, ਪਰ ਸਾਡਾ ਤਜਰਬਾ ਇਹ ਕਹਿੰਦਾ, ਜੋ ਕੌਮ ਨੇ ਮਤਲਬ ਪਿੰਡੇ 'ਤੇ ਹੰਢਾਇਆ, ਕਿ ਸਾਨੂੰ ਲੱਗਦਾ ਕਿ ਇਸ ਵਿੱਚੋਂ ਪੰਜਾਬ ਨੂੰ ਆਜ਼ਾਦੀ ਨਹੀਂ ਮਿਲਣ ਵਾਲੀ।
ਸ਼ੁਭਕਾਮਨਾਵਾਂ ਨਾਲ ਮੈਨੂੰ ਲੱਗਦਾ ਜਿੱਤਿਆ ਵੀ ਨਹੀਂ ਜਾ ਸਕਦਾ ਅਤੇ ਰੈਫਰੈਂਡਮ ਦੀ ਤੁਸੀਂ ਗੱਲ ਕੀਤੀ ਹੈਗੀ ਆ, ਰੈਫਰੈਂਡਮ 2020 ਜਿਹੜਾ ਕਿ ਇਸ ਟਾਈਮ 'ਤੇ ਬੇਸ਼ੱਕ ਵਿਦੇਸ਼ਾਂ ਦੀ ਧਰਤੀ 'ਤੇ ਆਵਾਜ਼ ਚੁੱਕੀ ਗਈ ਆ, ਸ਼ਾਇਦ ਤੁਸੀਂ ਉਹਦਾ ਵੀ ਹਿੱਸਾ ਨਹੀਂ ਬਣ ਰਹੇ। ਜੇ ਮੈਂ ਗੱਲ ਕਰਾਂ ਥੋੜ੍ਹੇ ਦੇਰ ਪਹਿਲਾਂ ਜਦੋਂ ਅਕਾਲ ਤਖ਼ਤ ਸਾਹਿਬ ਤੋਂ ਜਥੇਦਾਰ ਬਦਲੇ ਗਏ ਸੀ ਅਤੇ ਕਿ ਵੱਖਰਾ ਸਰਬੱਤ ਖਾਲਸਾ ਹੋਇਆ, ਸਰਬੱਤ ਖਾਲਸਾ ਨੇ ਨਵੇਂ ਜਥੇਦਾਰ ਬਣਾਏ, ਤੁਸੀਂ ਉਸ ਟਾਈਮ ਉਹਦੀ ਵੀ ਵਿਰੋਧਤਾ ਕੀਤੀ ਸੀ, ਦਲ ਖਾਲਸਾ ਹਮੇਸ਼ਾ ਹੀ ਵਿਰੋਧੀ ਰਿਹਾ ਹੈ ਕਿਉਂ? ਦੇਖੋ, ਰੈਫਰੈਂਡਮ ਉਹੀ ਕਾਰਗਰ ਹੈ, ਉਹੀ ਨਤੀਜੇ ਦੇਵੇਗਾ, ਉਹੀ ਕੌਮ ਦੀ ਝੋਲੀ ਆਜ਼ਾਦੀ ਪਾਏਗਾ ਜਿਹੜਾ ਯੂਨਾਈਟਿਡ ਨੇਸ਼ਨ ਦੀ ਅਗਵਾਈ ਹੇਠ ਹੋਏਗਾ, ਜਾਂ ਇੰਗਲੈਂਡ ਅਤੇ ਕੈਨੇਡਾ ਦੀ ਸਰਕਾਰ ਵਾਂਗੂ ਇੰਡੀਆ ਜਦੋਂ ਇਸ ਗੱਲ ਨੂੰ ਪ੍ਰਵਾਨਗੀ ਦੇਵੇਗਾ। ਜਿਹੜਾ ਆਕਿਊਪਾਈਂਗ ਕੰਟਰੀ ਹੁੰਦਾ ਜਾਂ ਉਹ ਪ੍ਰਵਾਨਗੀ ਦਿੰਦਾ ਜਾਂ ਯੂਨਾਈਟਿਡ ਨੇਸ਼ਨ ਦੀ ਇੰਟਰਵੈਂਸ਼ਨ ਦੇ ਨਾਲ ਰੈਫਰੈਂਡਮ ਕਰਾਇਆ ਜਾਂਦਾ। ਜਿੰਨੀ ਦੇਰ ਤੱਕ ਯੂਨਾਈਟਿਡ ਨੇਸ਼ਨਸ ਇੰਟਰਵੀਨ ਨਹੀਂ ਕਰਦਾ, ਐਜ਼ ਏ ਓਬਜ਼ਰਵਰ ਨਹੀਂ ਆਉਂਦਾ, ਉਨੀ ਦੇਰ ਤੱਕ ਰੈਫਰੈਂਡਮ ਜਿੰਨੇ ਮਰਜ਼ੀ ਹੋਰ ਹੋ ਜਾਣ ਵਿਅਕਤੀਆਂ ਵੱਲੋਂ ਸੰਸਥਾਵਾਂ ਵੱਲੋਂ, ਉਹ ਇੱਕ ਸਰਵੇ ਹੋ ਸਕਦੇ ਨੇ, ਉਹ ਕੌਮ ਦਾ ਮੂਡ ਜੱਜ ਕਰਨ ਲਈ ਤਾਂ ਹੋ ਸਕਦੇ ਨੇ, ਪਰ ਰੈਫਰੈਂਡਮ ਉਹੀ ਹੈ ਜਿਹੜਾ UNO ਦੀ ਅਗਵਾਈ ਹੇਠ ਹੈ। ਅਤੇ ਅਸੀਂ ਇਸ ਦੇ ਮੁਦਾਈ ਬਹੁਤ ਦੇਰ ਤੋਂ ਆ, ਜਦੋਂ ਤੋਂ ਦਲ ਖਾਲਸਾ ਸਰਗਰਮ ਹੋਇਆ 20 ਸਾਲ ਤੋਂ ਪੰਜਾਬ ਦੀ ਧਰਤੀ 'ਤੇ, ਤੁਸੀਂ ਹਮਾਇਤ ਕਰਦੇ ਉਹ ਇੱਕ ਵਿਅਕਤੀ ਇੱਕ ਸੰਸਥਾ ਦਾ ਸਰਵੇ ਹੈ, ਅਤੇ ਜਿਸ ਦਿਨ ਉਹ ਸਰਵੇ ਕਰਾਉਣਗੇ ਅਸੀਂ ਵੋਟ ਪਾ ਦਿਆਂਗੇ, ਕਿਉਂਕਿ ਅਸੀਂ ਖਾਲਿਸਤਾਨ ਦੇ ਤਾਂ ਹਮਾਇਤੀ ਹਾਂ ਨਾ, ਪੰਜਾਬ ਦੀ ਖੁਦਮੁਖਤਿਆਰੀ, ਪੰਜਾਬ ਦੀ ਇੰਡੀਪੈਂਡੈਂਸ ਦੇ ਤਾਂ ਹਮਾਇਤੀ ਹਾਂ, ਮੁਦਈ ਹਾਂ। ਅਤੇ ਜਦੋਂ ਸਾਡਾ ਹੀ ਕੋਈ ਲਾਈਕ ਮਾਈਂਡਡ ਪਰਸਨ ਜਾਂ ਔਰਗਨਾਈਜੇਸ਼ਨ ਉਸ ਵੱਲ ਇੱਕ ਕਦਮ ਵੀ ਪੁੱਟੇਗਾ ਤਾਂ ਸਾਡਾ ਸਮਰਥਨ ਹਮੇਸ਼ਾ ਰਹੇਗਾ, ਪਰ ਰੈਫਰੈਂਡਮ ਉਹ ਹੀ ਹੈ ਜਿਹੜਾ ਯੂਨਾਈਟਿਡ ਨੇਸ਼ਨ ਦੀ ਅਗਵਾਈ ਹੇਠ ਹੋਏਗਾ। SGPC ਦੇ ਜਥੇਦਾਰਾਂ ਦੀ ਅਤੇ ਸਰਬੱਤ ਖਾਲਸਾ ਦੇ ਜਥੇਦਾਰਾਂ ਤੋਂ ਵੀ ਤੁਸੀਂ ਦੋਵੇਂ ਪਾਸੇ ਵਿਰੋਧਤਾ ਹੀ ਰੱਖੀ ਹੈਗੀ ਆ, ਉਹ ਕਿਉਂ? ਦੇਖੋ, ਵਿਰੋਧਤਾ ਜਿਹੜੀ SGPC ਦੀ ਹੈ ਉਹ ਸੀ ਗਿਆਨੀ ਗੁਰਬਚਨ ਸਿੰਘ ਦੀ ਅਤੇ ਉਹਨਾਂ ਦੇ ਕੰਮਾਂ ਦੀ, ਜਿਵੇਂ ਉਹਨਾਂ ਨੇ ਕੌਮ ਨੂੰ ਪਿੱਠ ਹੈਗੇ ਹੁਣ ਠੀਕ ਹੈ, ਉਹਨਾਂ ਦੇ ਕੌਮ ਨੂੰ ਪਿੱਠ ਦਿੱਤੀ ਅਤੇ ਉਹਦੇ ਵਿੱਚ ਲੋਕਾਂ ਦਾ ਇੱਕ ਵਾਰੀ ਵਿਸ਼ਵਾਸ ਜਥੇਦਾਰਾਂ ਤੋਂ ਉੱਠ ਗਿਆ। ਫਿਰ ਇੱਕ ਗੱਲ ਚੱਲੀ ਕਿ ਸਰਬੱਤ ਖਾਲਸਾ ਰਾਹੀਂ ਜਥੇਦਾਰ ਚੁਣੇ ਜਾਣ, ਫਿਰ ਇੱਕ ਗੱਲ ਕੌਮ ਦੇ ਵਿੱਚ ਇੱਕ ਮਾਹੌਲ ਵੀ ਬਣਿਆ, ਸਰਬੱਤ ਖਾਲਸਾ ਵੀ ਹੋਇਆ, ਜਥੇਦਾਰ ਪੈਰਲਲ ਚੁਣੇ ਵੀ ਗਏ। ਪਰ ਸਵਾਲ ਇਹ ਹੈ ਕਿ ਚੁਣੇ ਉੱਦਾਂ ਹੀ ਗਏ ਜਿਵੇਂ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਬਾਦਲ ਆਪਣੇ ਜਥੇਦਾਰ ਚੁਣਦਾ, ਅਤੇ ਇੱਕ ਧਿਰ ਨੇ ਉੱਥੇ ਸਰਬੱਤ ਖਾਲਸਾ ਦੇ ਵਿੱਚ ਇੱਕ ਪੈਰਲਲ ਜਥੇਦਾਰ ਵੀ ਚੁਣ ਲਏ, ਪਰ ਜਿਹੜਾ ਇੱਕ ਬਹੁਤ ਵੱਡਾ ਕੌਮ ਦਾ ਹਿੱਸਾ ਸੀ ਉਹ ਫਿਰ ਵੀ ਇਸ ਗੱਲ ਤੋਂ ਸੰਤੁਸ਼ਟ ਨਹੀਂ ਹੋਇਆ। ਉਹਨਾਂ ਨੂੰ ਲੱਗਾ ਕਿ ਜਿੰਨੀ ਦੇਰ ਤੱਕ ਇੱਕ ਕੋਡ ਆਫ ਕੰਡਕਟ ਨਹੀਂ ਬਣਦਾ, ਵਿਧੀ ਵਿਧਾਨ ਨਹੀਂ ਬਣਦਾ, ਔਰ ਜਥੇਦਾਰਾਂ ਦੀ ਲਿਆਕਤ, ਉਹਨਾਂ ਦੀ ਪਦਵੀ ਦੇ ਉੱਤੇ ਬੈਠਣਾ, ਉਹਨਾਂ ਦੀ ਰਿਮੂਵਲ, ਉਹਨਾਂ ਦੀ ਅਪੁਆਇੰਟਮੈਂਟ ਦਾ ਇੱਕ ਪੂਰਾ ਸਿਸਟਮ ਨਹੀਂ ਤੈਅ ਹੁੰਦਾ, ਇਸ ਤਰ੍ਹਾਂ ਬਣਾਉਣੇ ਲਾਉਣੇ, ਮਤਲਬ ਇਹ ਇੱਕ ਹਾਸਾ ਮਜ਼ਾਕ, ਇੱਕ ਮਤਲਬ ਹਾਸਾ ਮਜ਼ਾਕ ਜਿਹਾ ਬਣ ਕੇ ਰਹਿ ਗਿਆ ਸੀ। ਸੋ ਬਹੁਤ ਸਾਰੇ ਹਿੱਸੇ ਨੇ ਦੋਨਾਂ ਪਾਸਿਓਂ ਤੋਂ ਆਪਣੇ ਆਪ ਨੂੰ ਪਾਸਾ ਕਰ ਲਿਆ, ਅਸੀਂ ਵੀ ਉਹਨਾਂ ਵਿੱਚੋਂ ਸੀ ਕਿ ਅਸੀਂ ਦੋਨਾਂ ਨੂੰ ਹੀ ਪ੍ਰਵਾਨ ਨਹੀਂ ਕੀਤਾ, ਅਤੇ ਸਾਡੀ ਸਥਿਤੀ ਅੱਜ ਵੀ ਉੱਦਾਂ ਦੀ ਹੈ, ਔਰ ਸਾਡਾ ਜਿਹੜਾ ਤਜਰਬਾ ਸੀ ਬਾਹਰ ਰਹਿਣ ਦਾ ਉਸ ਵੇਲੇ, ਉਹ ਅੱਜ ਬਹੁਤ ਸਾਰੇ ਲੋਕ ਇਹ ਸਮਝਦੇ ਨੇ ਕਿ ਅਸੀਂ ਉਸ ਵੇਲੇ ਠੀਕ ਫੈਸਲਾ ਕੀਤਾ। ਜਿਵੇਂ ਹੁਣ ਦੋਵਾਂ ਪਾਸੇ ਜਥੇਦਾਰਾਂ ਦਾ ਹਾਲ ਹੈ ਔਰ ਜਿਵੇਂ ਦੋਨਾਂ ਪਾਸੇ ਦੇ ਜਥੇਦਾਰਾਂ ਨੇ ਇੱਕ ਦੂਸਰੇ ਦੇ ਨਾਲ ਜਿਵੇਂ ਉਹ ਵਿਹਾਰ ਕਰ ਰਹੇ ਨੇ, ਉਹ ਸਾਨੂੰ ਲੱਗਦਾ ਕਿ ਅਸੀਂ ਉਸ ਵੇਲੇ ਠੀਕ ਫੈਸਲਾ ਲਿਆ ਸੀ। ਬਿਲਕੁਲ ਜੀ, ਯੂਥ ਆਗੂ ਵੀ ਸਾਡੇ ਨਾਲ ਹੈਗੇ ਆ, ਕੀ ਲੱਗਦਾ ਯੂਥ ਦੇ ਵਿੱਚੋਂ ਤੁਸੀਂ ਅਗਵਾਈ ਕਰ ਰਹੇ ਹੈਗੇ ਆ, ਦਲ ਖਾਲਸਾ ਨੂੰ ਤੁਸੀਂ ਪੂਰੀ ਸਪੋਰਟ ਕਰਦੇ ਆ, ਨਾਲ ਹਮੇਸ਼ਾ ਰਹਿੰਦੇ ਹੈਗੇ ਆ, ਜੋ ਫੈਸਲਾ ਲਿਆ ਗਿਆ ਤੁਸੀਂ ਇਹਦੇ ਬਾਰੇ ਕੀ? ਵੈਸੇ ਤਾਂ ਕਾਫੀ ਕੁਝ ਇਹਦੇ ਬਾਰੇ ਵਿਸਤਾਰ ਦੇ ਵਿੱਚ ਜਿਹੜਾ ਉਹ ਦੱਸ ਦਿੱਤਾ ਗਿਆ ਕਿ ਫੈਸਲਾ ਕਿਉਂ ਲਿਆ ਗਿਆ, ਉਹਦਾ ਤਜਰਬਾ ਪਿਛਲਾ ਸਾਰਾ ਉਹ ਸਾਰਾ ਦੱਸ ਦਿੱਤਾ, ਪਰ ਉਹਦੇ ਬਾਵਜੂਦ ਵੀ ਜਿਹੜਾ ਬਾਹਰ ਦਾ ਮਾਹੌਲ ਆ, ਆਮ ਸਾਨੂੰ ਇਹ ਸਵਾਲ ਜਿਹੜਾ ਕੀਤਾ ਜਾਂਦਾ ਆ ਕਿ ਬਹੁਤ ਸਾਰੇ ਲੋਕ ਨੇ, ਬਹੁਤ ਸਾਰੇ ਨੌਜਵਾਨ ਨੇ ਜਿਹੜੇ ਅਲੱਗ ਅਲੱਗ ਪਾਰਟੀਆਂ ਦੇ ਨਾਲ ਜੁੜ ਕੇ ਜਿਹੜਾ ਉਹ ਕੰਮ ਕਰਦੇ ਨੇ, ਜਿਹੜਾ ਸਾਡਾ ਨਿਸ਼ਾਨਾ ਆ, ਜਿਹੜਾ ਅਕਾਲ ਤਖ਼ਤ ਨੂੰ ਸਮਰਪਿਤ ਹੋ ਕੇ ਕੋਈ ਕਾਰਜ ਕਰਨਾ ਆ, ਉਹ ਇੱਕ ਰਵਾਇਤੀ ਰਾਜਨੀਤੀ ਨਾਲੋਂ ਬਹੁਤ ਵੱਖਰਾ ਆ, ਅਤੇ ਇਹ ਗੱਲ ਕੋਈ ਨਵੀਂ ਨਹੀਂ ਗੀ, ਬਹੁਤ ਪੁਰਾਣੀ ਆ। ਜਿਵੇਂ ਭਗਤ ਕਬੀਰ ਜੀ ਵੀ ਕਹਿੰਦੇ ਨੇ ਕਿ ਜਹ ਮਾਰਗ ਪੰਡਿਤ ਗਏ ਪਾਸ਼ੇ ਪਰੀ ਵੀਰ, ਇੱਕ ਔਗਤ ਗਾਟੀ ਰਾਮ ਕੀ ਜਹ ਚੜ ਰਹੇ ਕਬੀਰ, ਵੀ ਜਿੱਧਰ ਨੂੰ ਆਮ ਵਹਾਅ ਹੁੰਦਾ ਆ, ਜਿੱਧਰ ਨੂੰ ਤੁਹਾਨੂੰ ਫਾਇਦਾ ਮਿਲਣਾ ਹੁੰਦਾ, ਦੁਨੀਆ ਆਮ ਤੁਰੀ ਜਾਂਦੀ ਰਹਿੰਦੀ, ਪਰ ਕੁਝ ਰਸਤੇ ਇਹੋ ਜਿਹੇ ਹੁੰਦੇ ਨੇ ਜਿਹੜੇ ਬੇਸ਼ੱਕ ਔਖੇ ਹੁੰਦੇ ਨੇ, ਬਿਖਮ ਹੁੰਦੇ ਨੇ, ਪਰ ਮੰਜ਼ਿਲ ਤੱਕ ਪਹੁੰਚਣ ਦੇ ਰਸਤੇ ਉਹੀ ਹੁੰਦੇ ਨੇ। ਸੋ ਸਾਡਾ ਇਹ ਮੰਨਣਾ ਆ ਕਿ ਉਹ ਰਸਤੇ ਜਿਹੜੇ ਬਾਹਰ ਆਮ ਰਾਜਨੀਤੀ ਚੱਲਦੀ ਆ, ਉਹ ਇੱਕ ਆਪਣੀ ਜਗ੍ਹਾ, ਉਹ ਕਿਸੇ ਲਈ ਨਿੱਜੀ ਤੌਰ ਦੇ ਉੱਤੇ ਤਾਂ ਫਾਇਦਾ ਕਰ ਸਕਦੀ ਆ, ਪਰ ਇੱਕ ਕੌਮੀ ਤੌਰ ਦੇ ਉੱਤੇ ਕੌਮ ਦੀ ਝੋਲੀ 'ਚ ਕੁਝ ਪਾਉਣ ਦੇ ਲਈ, ਪੰਜਾਬ ਦੀ ਝੋਲੀ 'ਚ ਕੁਝ ਪਾਉਣ ਦੇ ਲਈ ਜਿਹੜਾ ਆ ਉਹ ਬਿਲਕੁਲ ਨਾਕਾਮ ਰਹੀ ਆ, ਅਤੇ ਉਹਨੂੰ ਨੌਜਵਾਨ ਜਿੰਨੀ ਛੇਤੀ ਰੱਦ ਕਰ ਦੂਗਾ ਉਹਦੇ ਲਈ ਉਹ ਓਨਾ ਹੀ ਚੰਗਾ ਰਹੂਗਾ, ਅਤੇ ਬਹੁਤ ਸਾਰਾ ਨੌਜਵਾਨ ਉਸ ਨੂੰ ਰੱਦ ਵੀ ਕਰ ਰਿਹਾ।
ਠੀਕ ਆ, ਕੁਝ ਪੁਰਾਣੇ ਲੱਗੇ ਹੋਏ ਨੇ ਅਤੇ ਕੁਝ ਇਹ ਹਮੇਸ਼ਾ ਲੱਗੇ ਰਹਿਣਗੇ, ਜਿਹੜੇ ਆ ਉਹ ਕਦੇ ਵੀ ਨਹੀਂ ਹੁੰਦਾ ਹੁੰਦਾ ਕਿ ਸਾਰੇ ਦੇ ਸਾਰੇ ਟੁੱਟ ਕੇ ਇੱਕ ਪਾਸੇ ਹੋ ਜਾਣ। ਈਵਨ ਕਸ਼ਮੀਰ ਦੇ ਵਿੱਚ ਵੀ ਹੁਣ ਜਿਹੜਾ ਆ ਉਹ ਜੇ 8-10% ਵੋਟਿੰਗ ਤਾਂ ਹੋਈ ਆ ਨਾ, ਕੁਝ ਹਿੱਸਾ ਤਾਂ ਹਮੇਸ਼ਾ ਰਹਿੰਦੇ ਹੁੰਦਾ। ਸੋ ਬਹੁਤ ਸਾਰਾ ਨੌਜਵਾਨ ਜੇ ਤੁਸੀਂ ਕਾਲਜ ਯੂਨੀਵਰਸਿਟੀ ਦੇ ਵਿੱਚ ਜਾ ਕੇ ਉਹਨਾਂ ਨੂੰ ਪੁੱਛੋ ਤਾਂ ਉਹ ਹੁਣ ਉਸ ਹਾਲਾਤ 'ਚੋਂ ਬਾਹਰ ਨਿਕਲ ਗਿਆ ਆ ਕਿ ਜਦੋਂ ਉਹ ਪਿੱਠ ਲੱਗ ਹੁੰਦਾ ਸੀ, ਹੁਣ ਉਹ ਇਸ ਸਟੈਂਡ ਦੇ ਉੱਤੇ ਪਹੁੰਚ ਗਿਆ ਕਿ ਸਵਾਲ ਕਰਨ ਲੱਗ ਪਿਆ। ਤਾਂ ਸਾਨੂੰ ਯਕੀਨ ਹੈ ਕਿ ਇੱਕ ਦਿਨ ਉਹ ਵੀ ਆਊਗਾ ਜਿੱਦਣ ਉਹ ਇਸ ਸਿਸਟਮ ਨੂੰ ਜਿਹੜਾ ਆ ਉਹ ਪਿੱਠ ਦਿਖਾਊਗਾ ਅਤੇ ਆਪਣੀ ਆਜ਼ਾਦੀ ਵੱਲ ਮੂੰਹ ਕਰੂਗਾ। ਬਿਲਕੁਲ ਜੀ, ਹੋਰ ਨੌਜਵਾਨ ਸਾਡੇ ਨਾਲ ਕੀ ਕਹੋਗੇ ਵੀਰ ਜੀ ਦੇ ਬਾਰੇ? ਸਾਰੇ ਵਿਚਾਰ ਤੁਸੀਂ ਸੁਣੇ ਹੈਗੇ ਆ, ਦਲ ਖਾਲਸਾ ਦੇ ਨੁਮਾਇੰਦੇ ਜੇ ਤੁਸੀਂ ਇਸ ਟਾਈਮ ਦੇ ਉੱਤੇ ਮੋਰੀ ਭੂਮਿਕਾ ਨਿਭਾ ਰਹੇ ਹੋ। ਦੇਖੋ, ਜਿਹੜੇ ਚੋਣਾਂ ਦੇ ਉੱਤੇ ਦਲ ਖਾਲਸਾ ਨੇ ਆਪਣਾ ਅੱਜ ਨੀਤੀ ਪੇਪਰ ਜਾਰੀ ਕੀਤਾ, ਅਸੀਂ ਪਿਛਲੇ 47 ਤੋਂ ਬਾਅਦ ਜਿਹੜਾ ਇਸ ਭਾਰਤ ਦੇਸ਼ ਦੇ ਵਿੱਚ ਸਿੱਖਾਂ ਦਾ ਤਜਰਬਾ ਹੈ ਉਹ ਬੜਾ ਠੋਸ ਕਾਰਨ ਹੈ ਕਿ ਇਸ ਚੋਣ ਪ੍ਰਕਿਰਿਆ ਦੇ ਵਿੱਚ ਸਿੱਖਾਂ ਨੂੰ ਨਾ ਕੁਛ ਹਾਸਲ ਹੋਇਆ ਨਾ ਭਵਿੱਖ 'ਚ ਹੋ ਸਕਦਾ। ਇਹ ਸਗੋਂ ਸਾਡੀ ਪਛਾਣ ਨੂੰ ਅਤੇ ਸਾਨੂੰ ਸਾਡੀ ਪਛਾਣ ਖੋ ਕੇ ਹਿੰਦੂ ਧਾਰਾ ਵਿੱਚ ਜਜ਼ਬ ਕਰਨ ਦਾ ਇੱਕ ਰਾਹ ਆ। ਸੋ ਉਹਨਾਂ ਠੋਸ ਕਾਰਨਾਂ ਦੇ ਆਧਾਰ 'ਤੇ ਜਿਹੜਾ ਇਹ ਫੈਸਲਾ ਦਲ ਖਾਲਸਾ ਨੇ ਲਿਆ, ਅਸੀਂ ਉਹਦੇ ਪੂਰੇ ਪਾਬੰਦ ਹਾਂ ਔਰ ਅਸੀਂ ਸਮਝਦੇ ਹਾਂ ਕਿ ਠੀਕ ਹੈ। ਬਾਕੀ ਜਿਹੜੀ ਗੱਲ ਆਈ ਹੈ ਕਿ ਇੱਕ ਧਿਰ ਜਿਹੜੀ ਖਾਲਿਸਤਾਨ ਦੇ ਉੱਤੇ ਲੜਦੀ ਹੈ, ਜਿਵੇਂ ਦਲ ਖਾਲਸਾ ਦੀ ਇੱਕ ਆਪਣੀ ਸੋਚ, ਇੱਕ ਆਪਣਾ ਆਈਡੀਆ, ਆਪਣੀ ਵਿਚਾਰਧਾਰਾ, ਇਸ ਤਰ੍ਹਾਂ ਉਹਨਾਂ ਦੀ ਇੱਕ ਆਪਣੀ ਹੈ ਕਿ ਸਾਨੂੰ ਉਹਨਾਂ ਨੂੰ ਲੱਗਦਾ ਕਿ ਅਸੀਂ ਚੋਣ ਪ੍ਰਕਿਰਿਆ ਵਿੱਚ ਹਿੱਸਾ ਲੈ ਕੇ ਕੌਮ ਦੀ ਝੋਲੀ 'ਚ ਕੁਛ ਪਾ ਸਕਦੇ ਹਾਂ। ਸੋ ਉਹਨਾਂ ਦਾ ਆਈਡੀਆ, ਉਹਨਾਂ ਨੂੰ ਮੁਬਾਰਕ, ਅਸੀਂ ਸ਼ੁਭਕਾਮਨਾਵਾਂ ਵੀ ਦਿੱਤੀਆਂ। ਸੋ ਇਹ ਦੋਨੋਂ ਆਈਡੀਆ, ਇੱਕ ਦਲ ਖਾਲਸਾ ਦਾ, ਇੱਕ ਉਹਨਾਂ ਦਾ, ਪਬਲਿਕ ਨੂੰ ਕਿਹੜਾ ਕਨਵਿੰਸ ਕਰਦਾ ਔਰ ਹਕੀਕਤ ਦੇ ਵਿੱਚ ਭਵਿੱਖ ਵਿੱਚ ਕਿਹੜਾ ਸੂਟ ਕਰੇਗਾ ਕੌਮ ਨੂੰ, ਇਹ ਭਵਿੱਖ 'ਚ ਪਈ ਹੋਈ ਗੱਲ ਆ। ਮੈਂ ਨਹੀਂ ਸਮਝਦਾ ਕਿ ਅਸੀਂ ਪਹਿਲਾਂ ਕੋਈ ਗੱਲ ਤੈਅ ਕਰ ਸਕਦੇ ਹਾਂ। ਸੋ ਇਹ ਦੋਨੇ ਚੀਜ਼ਾਂ ਬਰਾਬਰ ਚੱਲ ਰਹੀਆਂ ਨੇ। ਸੋ ਇਸ ਵੇਲੇ ਜਿਹੜੀ ਆਲ ਓਵਰ ਮੂਵਮੈਂਟ ਹੈਗੀ, ਜਿਵੇਂ ਕਸ਼ਮੀਰ ਦੀ ਆਪਾਂ ਗੱਲ ਕਰਦੇ ਹਾਂ ਜਾਂ ਭਾਰਤ ਦੇ ਵਿੱਚ ਹੋਰ ਵੀ ਜਿਹੜੀਆਂ ਆਜ਼ਾਦੀ ਪਸੰਦ ਕੌਮਾਂ ਨੇ, ਉਹਨਾਂ ਨੇ ਇਸ ਚੋਣ ਪ੍ਰਕਿਰਿਆ ਨੂੰ ਰੱਦ ਕਰਕੇ ਬਾਈਕਾਟ ਦਾ ਜਿਹੜਾ ਰਾਹ ਉਹ ਚੁਣਿਆ। ਮੈਂ ਸਮਝਦਾ ਕਿ ਅਸੀਂ ਵੀ ਇਹ ਠੀਕ ਫੈਸਲਾ ਕੀਤਾ। ਬਿਲਕੁਲ ਜੀ, ਇਹ ਸਨ ਦਲ ਖਾਲਸਾ ਦੇ ਨੁਮਾਇੰਦੇ ਜਿਵੇਂ ਸਾਰਿਆਂ ਨੇ ਗੱਲਬਾਤ ਕੀਤੀ ਸੀ ਅਤੇ ਜਿਨ੍ਹਾਂ ਨੇ ਇਸ ਟਾਈਮ ਚੋਣਾਂ ਦਾ ਬਾਈਕਾਟ ਕੀਤਾ ਵਾ। ਇੱਕ ਪਾਸੇ ਜੇ ਅਸਮਾਨ ਦੀ ਗੱਲ ਕਰਦੇ ਹਾਂ ਤਾਂ ਪੂਰੀ ਤਪਸ ਜਾਰੀ ਹੈਗੀ ਆ, ਅਤੇ ਜੇ ਜ਼ਮੀਨੀ ਤਪਸ ਦੀ ਗੱਲ ਕਰਦੇ ਤਾਂ ਚੋਣ ਦਾ ਮੈਦਾਨ ਪੱਖਿਆ ਹੈਗਾ ਵਾ। ਪੂਰੇ ਭਾਰਤ ਦੇ ਵਿੱਚ ਕਿਤੇ ਵੋਟਾਂ ਹੋ ਚੁੱਕੀਆਂ ਹੈਗੀਆਂ ਵਾ ਅਤੇ ਕਿਤੇ ਹੋਣੀਆਂ ਵਾ। ਅਤੇ ਜੇ ਪੰਜਾਬ ਦੀ ਧਰਤੀ ਦੀ ਗੱਲ ਕਰਦੇ ਹੈਗੇ ਤਾਂ 19 ਤਰੀਕ ਨੂੰ ਲੋਕ ਫਤਵਾ, ਜਿਹੜਾ ਕਿ ਲੋਕਾਂ ਨੇ ਫਤਵਾ ਦੇਣਾ ਹੈਗਾ ਵਾ, ਅਤੇ 23 ਤਰੀਕ ਨੂੰ ਉਹਦਾ ਰਿਜ਼ਲਟ ਹੋਣਾ, ਜਿਹਦੇ ਵਿੱਚ ਦਲ ਖਾਲਸਾ ਨੇ ਇਸ ਤੋਂ ਕਿਨਾਰਾ ਕੀਤਾ ਹੈਗਾ ਵਾ। ਅਤੇ ਜਿਹੜੀ ਵੋਟਿੰਗ ਸਿਸਟਮ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ ਹੋਏ ਵੋਟਾਂ ਦਾ ਬਾਈਕਾਟ ਕੀਤਾ ਵਾ। ਫਿਰ ਵੀ ਵੇਖਦੇ ਹਾਂ ਭਵਿੱਖ ਦੇ ਵਿੱਚ ਕੀ ਨਤੀਜੇ ਆਉਂਦੇ ਆ। ਅਤੇ ਜੇ ਬੀਬੀ ਪਰਮਜੀਤ ਕੌਰ ਖਾਲੜਾ ਦੀ ਅਤੇ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਗੱਲ ਕੀਤੀ ਸੀ ਅਤੇ ਉਹਨਾਂ ਸ਼ੁਭਕਾਮਨਾਵਾਂ ਦਿੱਤੀਆਂ ਹੈਗੀਆਂ ਜਿੱਤਣ ਵਾਸਤੇ, ਵੇਖਦੇ ਹਾਂ ਦੋ ਉਮੀਦਵਾਰ ਜਿਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਜਾ ਰਹੀਆਂ ਹੈਗੀਆਂ ਵਾ। ਦਾਅਵੇਦਾਰੀ ਵੀ ਹੈਗੀ ਆ, ਪੰਥਕ ਦਾਅਵੇਦਾਰੀਆਂ ਵੀ ਹੈਗੀਆਂ ਵਾ, ਨਿਸ਼ਾਨਾ ਵੀ ਇੱਕੋ ਆ, ਪ੍ਰਾਪਤੀ ਵੀ ਚਾਹੁੰਦੇ ਹੈਗੇ ਆ, ਪਰ ਇੱਕ ਵੋਟਾਂ ਤੋਂ ਬਾਹਰ ਰਹਿ ਕੇ ਇੱਕ ਵੋਟ ਦੀ ਰਾਜਨੀਤੀ ਕਰਕੇ ਸਫਲਤਾ ਕਿਹਨੂੰ ਮਿਲਦੀ ਹੈਗੀ ਆ? ਸਰਦਾਰ ਸਿਮਰਜੀਤ ਸਿੰਘ ਮਾਨ ਆਪਣੀ ਚੋਣ ਉੱਥੋਂ ਜਿੱਤਦੇ ਹੈਗੇ ਆ, ਬੀਬੀ ਪਰਮਜੀਤ ਖੋਲੜਾ ਜਿਹੜੇ ਕਿ ਖਡੂਰ ਸਾਹਿਬ ਦੇ ਉੱਤੋਂ ਉਮੀਦਵਾਰ ਹੈਗੇ ਆ, ਵੱਡੀ ਦਾਅਵੇਦਾਰੀ ਵੀ ਹੈਗੀ ਉਹਨਾਂ ਦੀ, ਅਤੇ ਪੰਥਕ ਦਾਅਵੇਦਾਰੀ ਆ, ਪੰਥਕ ਸੀਟ ਆ, ਵੇਖਦੇ ਹਾਂ ਬਾਜੀ ਕੌਣ ਮਾਰਦਾ ਹੈਗਾ ਵਾ। 23 ਤਰੀਕ ਜਿਹੜਾ ਕਿ ਵੋਟਾਂ ਦਾ ਦਿਨ ਹੈਗਾ ਵਾ, ਜਿਹਦੇ ਵਿੱਚ ਦਲ ਖਾਲਸਾ ਨੇ ਪੂਰਨ ਬਾਈਕਾਟ ਕੀਤਾ ਵਾ। ਬਾਕੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਇੱਛਾ ਅਨੁਸਾਰ ਉਹਨਾਂ ਕਿਹਾ ਕੋਈ ਕਿਤੇ ਵੋਟ ਭੁਗਤਾ ਸਕਦਾ ਹੈਗਾ ਵਾ, ਪਰ ਸ਼ੁਭਕਾਮਨਾਵਾਂ ਕੇਵਲ ਪੂਰੇ ਪੰਜਾਬ ਦੇ ਵਿੱਚੋਂ ਨਹੀਂ, ਪੂਰੇ ਭਾਰਤ ਦੇ ਵਿੱਚੋਂ ਦੋ ਜਣਿਆਂ ਨੂੰ, ਬੀਬੀ ਪਰਮਜੀਤ ਕੌਰ ਖਾਲੜਾ ਅਤੇ ਸਿਮਰਜੀਤ ਸਿੰਘ ਮਾਨ ਨੂੰ ਦਿੱਤੀਆਂ ਹੈਗੀਆਂ ਵਾ। ਵੇਖਦੇ ਹਾਂ ਲੋਕ ਫਤਵਾ ਕਿਤੇ ਜਾਂਦਾ ਹੈਗਾ ਵਾ। 23 ਤਰੀਕ ਦੀ ਵੋਟ ਰਾਜਨੀਤੀ ਜਿਹੜੀ ਕਿ ਇੱਥੇ ਹੋਣ ਜਾ ਰਹੀ ਹੈਗੀ ਆ, ਉਹਦੇ ਵਿੱਚ ਜਿੱਤ ਕਿਹਦੇ ਕਦਮਾਂ 'ਚ ਆਉਂਦੀ ਆ? ਜੇ ਆਪਾਂ ਕੇਂਦਰ ਦੀ ਗੱਲ ਕਰਦੇ ਹਾਂ, ਇੱਕ ਪਾਸੇ ਮੋਦੀ ਅਤੇ ਦੂਜੇ ਪਾਸੇ ਰਾਹੁਲ, ਜਿੱਤ ਕਿਹਦੀ ਹੁੰਦੀ ਆ? ਕੇਂਦਰ ਦੇ ਵਿੱਚ ਕੌਣ ਜਿੱਤਦਾ ਹੈਗਾ ਵਾ? ਪੰਜਾਬ ਦੀ ਸਿਆਸਤ ਦੇ ਵਿੱਚ ਨਵੇਂ ਚਿਹਰੇ ਉੱਭਰ ਕੇ ਸਾਹਮਣੇ ਆਏ ਆ, ਕਿਹੜਾ ਚਿਹਰਾ ਅੱਗੇ ਆਉਂਦਾ ਅਤੇ ਕਿਹੜੇ ਚਿਹਰੇ ਨੂੰ ਇੱਥੋਂ ਮਾਰ ਪੈਂਦੀ ਹੈਗੀ ਆ, ਇਹ ਤਾਂ ਥੋੜ੍ਹਾ ਟਾਈਮ ਦੱਸੂਗਾ। ਉਦੋਂ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।